आनंदपुर साहब दो बीजेपी ने उम्मीदवार ऐलान करता है और सुभाष शर्मा उम्मीदवार बनाया है। सुभाष शर्मा जे पंजाब बीजेपी की गल करिए देखा होना कि डट के बीजेपी वालों खड़े रहे और हूँ टिकट मिल चुके। सबसे पहले न्यूज इंडिया का स्वागत है सुभाष जी। थैंक यू भाई साहब। तुम कमल शर्मा जी के घर पहुंचे हो, तस्वीर से जो तुम मत्था टेक रहे थे, भावुक आंसू भी देखे, की कहना चाहोगे? कमल जी साढ़े गुरु भी सी, वड्डे भरा भी सी, सब कुछ सी। मतलब जिम्मे अज कि पहुंचे हैं तो कमल जी का बहुत वड्डा योगदान है। विद्यार्थी परिषद को मैंने उन्होंने छोटा बच्चा से जो मैं 18-19 साल का उदो तो मैंने ए बी पी च लैके आए, लीडरशिप सिखाई, नैशनलिज्म सिखाया, जो कुछ भी सीखा, जो कुछ भी मेरे चंगा है वो बहुत वड्डा रोल जोड़ा है वो कमल जी का है। सो इस करके मैं अज उन्होंने भी प्रणाम कर आया, अज इस स्थान पर आया और जिथे भी होंगे खुश होंगे पार्टी जरूर इस मेहनत का फल देगी। सो पार्टी ने अज जिम्मेदारी मैं सौंपी है। मैं ये समझदा कि बहुत वड्डी जिम्मेदारी मैं मिली है और जो बहुत सारे साढ़े नेता जो होर भी सी सब असं मिलकर जुट के काम करा। मैं पहला भी कहता रहा मैं अच्छ टिकट ना मिलती किसी होर मिलती मैं उन्ना ही तनदेही काम करता। सो भारतीय जनता पार्टी ऐसी पार्टी है जिसे सब लोग जुटते हैं। सो बड़ी खुशी भी है और पार्टी हाईकमान का बहुत धन्यवाद भी है कि उन्होंने मेरे पर विश्वास किया। थोड़ा जहा लेट हो गई है टिकटा तीन चार जी एक हले रह गई है कि लगता किसान का असं विरोध भी देख रहे हैं, पार्टी उम्मीदवार लगातार प्रचार भी जुट रहे हैं, ਕਿੰਨਾ ਕੁ ਚੈਲੰਜ ਆਨੰਦਪੁਰ ਸਾਹਿਬ ਲਈ ਸੁਭਾਸ਼ ਸ਼ਰਮਾ ਦੇਖਦੇ ਨੇ ਬੀਜੇਪੀ? ਦੇਖੋ ਮੈਂ ਤੁਹਾਨੂੰ ਇੱਕ ਗੱਲ ਦੱਸਾਂ, ਅੱਜ ਦੇਸ਼ ਜਿਸ ਪ੍ਰਕਾਰ ਦੀ ਲਹਿਰ ਹੈ, ਪੂਰਾ ਦੇਸ਼ ਅੱਜ ਮੋਦੀ ਸਾਹਿਬ ਦੇ 10 ਸਾਲ ਦੇ ਕੰਮਾਂ ਲਈ ਮੋਹਰ ਲਾਉਣ ਲਈ ਤਿਆਰ ਨਹੀਂ ਹੈ ਔਰ ਇੱਕ ਇਤਿਹਾਸਿਕ ਮੈਂਡੇਟ ਨਾਲ 400 ਸੀਟਾਂ ਦੇ ਮੈਂਡੇਟ ਨਾਲ ਮੋਦੀ ਸਾਹਿਬ ਪ੍ਰਧਾਨ ਮੰਤਰੀ ਬਣਨ ਵਾਲੇ ਹੈ ਔਰ ਪੰਜਾਬ ਖਾਸ ਕਰਕੇ ਮੈਂ ਤੁਹਾਨੂੰ ਕਹਾਂ, ਮੈਂ ਤਾਂ ਪਿਛਲੇ ਲੰਬੇ ਸਮੇਂ ਤੋਂ ਚਾਹੇ ਮੈਂ ਆਨੰਦਪੁਰ ਸਾਹਿਬ ਹਲਕੇ 'ਚ ਚੋਣ ਲੜਨ ਦੀ ਇੱਛਾ ਰੱਖਦਾ ਸੀ ਕਿਉਂਕਿ ਪੂਰੇ ਪੰਜਾਬ 'ਚ ਹੀ ਕੰਮ ਕਰ ਰਿਹਾ ਸੀ। ਮੈਂ ਜਿੱਥੇ ਵੀ ਜਾ ਰਿਹਾ ਸ਼ਹਿਰਾਂ 'ਚ, ਕਸਬਿਆਂ 'ਚ, ਪਿੰਡਾਂ 'ਚ, ਜਿਸ ਵੀ ਵਰਗ ਦੇ ਲੋਕਾਂ ਨਾਲ ਗੱਲ ਕਰਦਾ, ਸਭ ਲੋਕ ਇੱਕੋ ਹੀ ਗੱਲ ਕਹਿ ਰਹੇ ਆ ਕਿ ਪੰਜਾਬ ਨੂੰ ਅੱਜ ਮੋਦੀ ਸਾਹਿਬ ਦੀ ਲੋੜ ਹੈ, ਪੰਜਾਬ ਨੂੰ ਅੱਜ ਭਾਰਤੀ ਜਨਤਾ ਪਾਰਟੀ। ਜੋ ਹਾਲਾਤ ਪੰਜਾਬ ਦੇ ਇਸ ਕਰਕੇ, ਪੰਜਾਬ ਨੇ ਅਕਾਲੀਆਂ ਦਾ ਰਾਜ ਦੇਖ ਲਿਆ, ਪੰਜਾਬ ਨੇ ਕਾਂਗਰਸ ਦਾ ਭ੍ਰਿਸ਼ਟਾਚਾਰੀ ਤੰਤਰ ਵੀ ਦੇਖਿਆ ਔਰ ਪਿਛਲੇ 2 ਸਾਲਾਂ 'ਚ ਬਦਲਾਵ ਦਾ ਨਾਂ ਲੈ ਕੇ ਜਿਹੜੀ ਸਰਕਾਰ ਬਣੀ ਉਹਨੇ ਜਿਸ ਦੁਰਦਸ਼ਾ 'ਚ ਪੰਜਾਬ ਨੂੰ ਧਕੇਲਿਆ ਹੈ, ਅੱਜ ਲਾਅ ਐਂਡ ਆਰਡਰ ਦੀ ਹਾਲਤ ਦੇਖ, ਜਿਸ ਤਰ੍ਹਾਂ ਗੈਂਗਸਟਰ ਪਨਪ ਰਹੇ ਨੇ, ਮਾਫੀਆ ਪਨਪ ਰਿਹਾ, ਰੋਜ਼ ਡਰੱਗਸ ਨਾਲ ਬੱਚੇ ਮਰ ਰਹੇ ਨੇ, ਪੰਜਾਬ ਦੇ ਕਰਜ਼ੇ ਦੀ ਪੰਡ ਵੱਧਦੀ ਜਾ ਰਹੀ ਹੈ, ਪੰਜਾਬ 'ਚੋਂ ਇੰਡਸਟਰੀ ਦਾ ਲਗਾਤਾਰ ਪਲਾਇਨ ਹੋ ਰਿਹਾ, ਪੰਜਾਬ ਦੇ ਲੋਕ ਚਿੰਤਾ 'ਚ ਨੇ ਕਿ ਵੀ ਪੰਜਾਬ ਨੂੰ ਇਸ ਗਰਤ 'ਚੋਂ ਕੌਣ ਕੱਢ ਸਕਦਾ ਕਿ ਅੱਜ ਪਿੰਡ ਪਿੰਡ, ਸ਼ਹਿਰ ਸ਼ਹਿਰ, ਕਸਬੇ ਕਸਬੇ ਇੱਕੋ ਹੀ ਗੱਲ ਹੈ, ਇੱਕੋ ਹੀ ਵਿਅਕਤੀ ਹੈ ਜਿਹੜਾ ਪੰਜਾਬ ਨੂੰ ਇਸ 'ਚੋਂ ਬਾਹਰ ਕੱਢ ਸਕਦਾ, ਉਸ ਵਿਅਕਤੀ ਦਾ ਨਾਂ ਹੈ ਨਰਿੰਦਰ ਭਾਈ ਮੋਦੀ, ਭਾਰਤੀ ਜਨਤਾ ਪਾਰਟੀ। ਇਸ ਕਰਕੇ ਪੰਜਾਬ ਦੇ ਲੋਕ ਪੂਰੇ ਉਤਸ਼ਾਹ ਨਾਲ ਜੁਟੇ ਹੋਏ ਨੇ, ਕੋਈ ਚੀਜ਼ ਦੇਖਣਾ ਚੈਲੰਜ ਨਹੀਂ ਹੈ, ਕੋਈ ਚੁਣੌਤੀ ਨਹੀਂ ਹੈ। ਕਿਸਾਨਾਂ ਨੂੰ ਕਿਵੇਂ ਸਮਝਾਓ? ਕਿਸਾਨ ਆਲਰੇਡੀ ਸਮਝ ਰਹੇ, ਸਾਡੀ ਕੈਂਪੇਨ ਤੁਸੀਂ ਦੇਖੋਗੇ ਅਗਰ ਸਾਡੇ ਕੈਂਡੀਡੇਟਸ ਨੂੰ ਤੁਸੀਂ ਟਰੈਕ ਕਰੋਗੇ, ਮੈਂ ਆਪ ਪਿੰਡਾਂ 'ਚ ਲਗਾਤਾਰ ਜਾ ਰਿਹਾ, ਜਦੋਂ ਮੈਂ ਬਹਿ ਕੇ ਸੱਥਾਂ 'ਚ ਗੱਲ ਕਰਦਾ ਉਹ ਕਹਿੰਦੇ ਨੇ ਸਾਡੇ ਖਾਤਿਆਂ 6,000 ਰੁਪਇਆ ਮੋਦੀ ਸਾਹਿਬ ਨੇ ਪਾਇਆ, ਕਦੇ ਕਿਸੇ ਨੇ ਸੋਚਿਆ ਹੀ ਨਹੀਂ ਸੀ। ਸਾਨੂੰ ਅੱਜ DAP ਮਿਲ ਰਿਹਾ, ਯੂਰੀਆ ਮਿਲ ਰਿਹਾ, ਅਸੀਂ ਦੇਖਿਆ ਡੰਗਾਂ ਚੱਲਦੀਆਂ ਸੀ, 10 ਸਾਲ ਦੇ ਰਾਜ 'ਚ ਇੱਕ ਦਿਨ ਐਸਾ ਨਹੀਂ ਆਇਆ ਕਿ ਖਾਦ ਲਈ ਕਿਸਾਨ ਨੂੰ ਕੋਈ ਸੰਕਟ ਆਇਆ ਹੋ, ਚਾਹੇ ਉਹ ਫਸਲ ਬੀਮਾ ਯੋਜਨਾ ਦੀ ਗੱਲ ਹੈ, ਚਾਹੇ ਨੀਮ ਕੋਟਡ ਯੂਰੀਆ ਦੀ ਗੱਲ ਹੈ, ਚਾਹੇ ਉਹ ਮੰਡੀਆਂ ਦੇ ਸਸ਼ਕਤੀਕਰਨ ਦੀ ਗੱਲ ਹੈ, ਚਾਹੇ 2.5 ਗੁਣਾ MSP ਦਾ ਰੇਟ ਵਧਾ ਤਾ ਪਿਛਲੇ 10 ਸਾਲਾਂ 'ਚ, ਮੋਦੀ ਸਾਹਿਬ ਨੇ ਜੋ ਇਤਿਹਾਸਕ ਕੰਮ ਕੀਤੇ ਆ ਕਿਸਾਨਾਂ ਦੇ, ਕਿਸਾਨ ਇਸ ਗੱਲ ਨੂੰ ਬੜੀ ਭਲੀ ਭਾਂਤੀ ਚੰਗੀ ਤਰ੍ਹਾਂ ਨਾਲ ਸਮਝ ਰਹੇ ਆ, ਲਗਾਤਾਰ ਬੀਜੇਪੀ ਦੇ ਸਮਰਥਨ। ਲਾਸਟ ਸਵਾਲ, ਮੁਕਾਬਲਾ ਕਿਹਦੇ ਨਾਲ? ਆਪ ਨਾਲ, ਅਕਾਲੀਆਂ ਨਾਲ, ਕਾਂਗਰਸ ਨਾਲ, ਕਿਹਦੇ ਨਾਲ?
ਕੋਈ ਮੁਕਾਬਲੇ 'ਚ ਹੈ ਹੀ ਨਹੀਂ। ਹੁਣ ਦੱਸੋ, ਮੈਂ ਆਪਣੇ ਆਪ ਨੂੰ ਕੁਛ ਨਹੀਂ ਕਹਿ ਰਿਹਾ, ਇੱਕ ਬੰਨੇ ਨਰਿੰਦਰ ਮੋਦੀ ਸਾਹਿਬ ਹੈ, ਦੂਜੇ ਬੰਨੇ ਰਾਹੁਲ ਗਾਂਧੀ, ਲੋਕ ਉਹਨੂੰ ਕੀ ਕਹਿੰਦੇ। ਆਮ ਆਦਮੀ ਪਾਰਟੀ ਦਾ ਨੇਤਾ ਅਰਵਿੰਦ ਕੇਜਰੀਵਾਲ ਆ, ਜਿਹੜਾ ਜੇਲ੍ਹ 'ਚ ਆਉਂਦਾ ਰੋਜ਼ ਬੇਲ ਦੀ ਮਿੰਨਤਾਂ ਕਰਦਾ ਪਿਆ। ਤੀਜੀ ਪਾਰਟੀ ਦਾ ਹਾਲ ਤੁਹਾਨੂੰ ਪਤਾ ਹੀ ਹੈ, ਰੋਜ਼ ਉੱਥੋਂ ਛੱਡ ਛੱਡ ਕੇ ਲੋਕ ਕਦੀ ਬੀਜੇਪੀ ਜਾ ਰਿਹਾ, ਕਿਸੇ ਪਾਰਟੀ ਜਾ ਰਿਹਾ। ਇਸ ਵੇਲੇ ਭਾਰਤੀ ਜਨਤਾ ਪਾਰਟੀ ਪੰਜਾਬ ਦੀ ਪਸੰਦ ਹੈ, ਇਸ ਕਰਕੇ ਮੈਂ ਸਮਝਦਾ ਕਿ ਅਗਲੇ 20 ਦਿਨ ਜਿਹੜੇ ਆ ਉਹ ਅਸੀਂ ਘਰ ਘਰ ਮੋਦੀ ਸਾਹਿਬ ਦੀਆਂ ਨੀਤੀਆਂ ਨੂੰ ਲੈ ਕੇ ਜਾਣਾ ਹੈ। ਪਰ ਆਮ ਆਦਮੀ ਪਾਰਟੀ ਨੇ ਜਿਹੜੀ ਧੋਖੇਧੜੀ ਕੀਤੀ ਹੈ ਪੰਜਾਬ, ਜਿਹੜਾ ਪੰਜਾਬ ਨੂੰ ਉਹਨਾਂ ਨੇ ਧੋਖਾ ਦਿੱਤਾ, ਉਹਦੀ ਗੱਲ ਅੱਜ ਪੰਜਾਬ ਦੇ ਲੋਕਾਂ 'ਚ, ਅਨੰਦਪੁਰ ਸਾਹਿਬ ਦੇ ਲੋਕਾਂ 'ਚ ਲੈ ਕੇ ਜਾਵਾਂਗੇ। ਪਰ ਮੈਨੂੰ ਪੂਰਾ ਵਿਸ਼ਵਾਸ ਹੈ ਕਿ ਲੋਕ ਮੋਦੀ ਸਾਹਿਬ ਦੀ ਲੀਡਰਸ਼ਿਪ 'ਤੇ ਵਿਸ਼ਵਾਸ। ਬਹੁਤ ਬਹੁਤ ਸ਼ੁਕਰੀਆ ਨਿਊਜ਼ 18 ਨਾਲ, ਬਹੁਤ ਬਹੁਤ ਸ਼ੁਕਰੀਆ।